उठ जाना जहाज भैया। थोड़ी डिटेल ही मंगने, सो दो त्रे चीजें सक बैन शादी तो मशहूर हुई के वी ग्रुप शादी ने पाठ और मास्टर भी सुबह गल हुई कि मास्टर है इसने कोई बुरी गल नहीं है तुसा कि अगर ऑडियंस ने जो डिमांड होनी है तुसा कि उसे पर जाना चाहिए ना। तो अगर ऑडियंस समझ नहीं है कि तुसा दी पार्ट वाली वीडियो चलनी है और लोग तकने ताई चलनी भी ना, तो तुसा उस चीज़ की कंटिन्यू रखो। तो बाकी हुण जुला जुल्ले दी शूटिंग इह गल शूटिंग ने मामला जारी है हुण उत्थे जुल्ले आ तां फिर तुसा की दसने आ। अल्लाह अकबर पिछली दफा असां इसां लाई गेडू गए सां अज इधरू मेन गेट उरू जाने आ। वैसे ऐसा मास्टर है ऐसा फैमिली ने आया पर मास्टर आपको आया कि चलो आई जो है कि फिर भी ऐसा कोशिश कर सकना आना फैमिली सोशल मीडिया पर ये गल है ये गल है। सो जी माड़ी भैन तो माड़े प्रो शूटिंग होगी है स्टार्ट इतना ऐसा बहुत याद है बाकी ये सारी आवाम खलती भी उन्हें नहीं पता तुसा जो कौन कौन तक सी बाकी है कि अदरीस भाई ने अम्मी सीन विच बेसिकली कैप्चर ये करी रहे कि अदरीस भाई ने बचपन है ते इब्तदा सो इत्थू स्टार्ट होसी है बाकी अगे मास्टर ने इंग्लैंड जाने तक सारा शो किया जासी है। है जी निका अपने खुश है क्रीमा श्रीमा लगनिया भी अज आज हैं मुंह तो नहीं राजा जी तुसा हमी बाली उड़ो है जी सदर सदर साहब तुसा ये भाई जो क्रीम श्रीम लवाई किनो मुफ्त नहीं आज ओ सुरमा बने से तुसा ये भाई किनो ना सदर वैसे हम हमने के सुरमा वैसे सुरमा पे आओ सदर वैसे भी हम हमने के सुरमा ही बने थे ए सदर साहब ये तो सदर दो ही करने थे ना तुसा वैसे अक्सर सुरमा लोका ही बने हो या भाई सदर तो वधी आज कल बने सुरमा आज यार अच्छा भी ऐसे सुरमा बने गए से पर सब बची गए हम मलिक साहब क्या पके हो गोभी गोभी ठीक है हाँ चलो जी हूँ ये सीन हो रहा तो सुबह अगर तकने क्या बनना है बीबी ने नहीं लोना आपे खाना खाना कि नहीं है ना है हूं तो कहते लोड़ सी ना छे महीने ना खाए रोटी रही किरा ਸਾਬੇ ਗੱਲ ਸੱਚੀ ਬਣ ਜੇਨੀ ਆ ਅਸੋ ਸਾਰੇ ਗਰੁੱਪ ਆ ਰਹੇ ਜੱਗ ਸਾਰੇ ਦੀ ਅੱਖਾਂ ਬੰਦਾ ਗਵਾ ਸੋ ਸਾਰੇ ਹੋਏ ਕੈਮਰੇ ਨੇ ਸਮ ਤਾਂ ਬਣਾਉਣੀ ਆ ਉਹਨਾਂ ਦਾ ਕੀ ਹੋਣੀ ਆ ਪਿਛਾ ਤਗਣੇ ਕੋਨੇ ਦਾ ਗਾਣਾ ਸ਼ੁਰੂ ਕਰਨੇ ਹੋ ਨਹੀਂ ਪਿਛੇ ਬਾਈ ਪਰਸਨੈਲਿਟੀ ਬਣਾਈ ਗਿਆ ਅਲਹਮਦੁਲਿਲਾ ਬਹੁਤ ਟਾਈਟ ਹੀ ਨਾ ਜੀ ਤੁਸੀਂ ਟਾਈਟ ਹੀ ਬੋਲਦੇ ਟਾਈਟ ਮੈਂ ਸਵਾਈ ਟਾਈਟ ਨੇ ਬਾਬੇ ਪਰਸਨੈਲਿਟੀ ਆ ਇਹ ਗਾਰੇ ਜਿਹੜੇ ਮੈਂ ਟੈਟ ਸਵਾਈ ਵੀ ਪਰਸਨੈਲਿਟੀ ਬੰਦੇ ਨੇ ਪਰਸਨੈਲਿਟੀ ਪਰਸਨੈਲਿਟੀ ਦਾ ਮਤਲਬ ਉਰਦੂ ਹੀ ਬਾ ਮੈਂ ਬਾਬੇ ਮੈਂ ਬਾਈ ਉਠਾ ਪਰਸਨੈਲਿਟੀ ਮਤਲਬ ਬਾਈ ਉਠ ਕਸ ਪਰਸਨੈਲਿਟੀ ਦਾ ਮਤਲਬ ਬਾਈ ਉਠ ਬਾਬੇ ਪਰਸਨੈਲਿਟੀ ਆ ਤੱਕ ਕੇ ਲੁੱਕ ਸੁ ਪਰਸਨੈਲਿਟੀ ਨਾ ਉਰਦੂ ਹੀ ਮਤਲਬ ਬਾਈ ਉਠ चलो ठीक है कौन ही पता नहीं चलो ठीक है पर्सनैलिटी का मतलब होना शख्सियत चलो जी बाकी उधर सीन होने पे आने सारे रोटी खाई ना इसरा साहब आने सारे रोटी खाई कि ना आला मारे हाँ आने सारे खाई के ना
ਆਏ ਭੁਖਾਈ ਕੀ ਬਦਨਾਮ ਨਾ ਕਰ ਸਕ ਭੁਖ ਸਦਰੀ ਕੋਲ ਲਈ ਭੁਖ ਸਦਰੀ ਲਈ ਜੀ ਮੰਮੀ ਕੋਲ ਲਿਆ ਇਹ ਤਾਂ ਕਿਹੜਾ ਬਾਬੇ ਦੋ ਬੱਦੇ ਤੇ ਤਰੇ ਖੁੱਲੇ ਮੈਂ ਥਿਆ ਹੀ ਖੋਲਿਆ ਵਾ ਬੱਦੇ ਹੋਣ ਜਾਂ ਸਾਰੇ ਜਾਂ ਸਾਰੇ ਖੁੱਲੇ ਮਰਜ਼ੀ ਹੈ ਨਾ ਕਿਆ ਮਰਦੇ ਯਾਰ ਵੀ ਕੋਈ ਸਾਰਾ ਅਖਤਿਆਰ ਕੋ ਨਹੀਂ ਯਾਰ ਸਾਰੇ ਖੋਲੋ ਤੇ ਯਾਰ ਸਾਰੇ ਬੰਨੋ ਉਹ ਆਸਨ ਹੁਣ ਕੋਟੀ ਨੇ ਪੈਸੇ ਮੇ ਪੱਲਿਆਂ ਦਿੱਤੇ ਵੇ ਮੈਂ ਖੋਲਾਂ ਬੰਦ ਕਰਾਂ ਫਾੜਾਂ ਜੋ ਮਰਜ਼ੀ ਕਰਾਂ ਸੋਹਣੇ ਤੇ ਬੰਦੇ ਚੀਜ਼ ਲੈਣੀ ਨਾ ਬੰਦਾ ਕਹੇ ਐਵੇਂ ਬਿੱਲੇ ਚਲੇ ਜਿਸ ਤਰ੍ਹਾਂ ਲੱਗੀ ਨਾ ਕੋਈ ਤਰੀਕਾ ਹੋਣਾ ਸੋ ਕਹਿਣੇ ਸ਼ੂਟਿੰਗ ਦੇ ਮਾਮਲੇ ਠੀਕ ਜਾਈਦੇ ਫੈਮਿਲੀ ਕਿ ਹਾਂ ਹੁਣ ਜ਼ਾਹਿਰ ਗੱਲ ਮਰਦ ਵੀ ਫੈਮਿਲੀ ਹੈ ਜਿਹਨੇ ਲੇਡੀਜ਼ ਨਾ ਸ਼ੋ ਕਰਨਾ ਚਾਹੇ ਉਹ ਜਿੰਨੀ ਮਰਜ਼ੀ ਉਮਰ ਕੇ ਤਾਂ ਅਸਾਂ ਇਸ ਕਰਾਏ ਜਾਂ ਇਸ ਪਹਿਲੇ ਮਾਸਟਰਾਂ ਕੋਲ ਆਇਆ ਤੁਸੀਂ ਸ਼ੂਟਿੰਗ ਕਰੀ ਛੋ ਮਾਸਟਰਾਂ ਸਾ ਨਾ ਜ਼ਰੂਰ ਠੀਕ ਕੋਈ ਮਸਲਾ ਨਹੀਂ ਸੋ ਇੱਥੇ ਅੱਛੀ ਤਾਂ ਹਾਲਾਂ ਨਾਲ ਸਲਾਮ ਦੋ ਆਈਏ ਪਰ ਆਫਤਾ ਕੈਮਰਾ ਵੀ ਬਾਕੀ ਅੱਗੇ ਜਾ ਰਹੇ ਹਾਂ ਮਾਮਲਾ ਸ਼ੂਟਿੰਗ ਨੇ ਪਰੇਸ਼ਾਨ ਲੱਗਣੇ ਹੋ ਭੁੱਖ ਰਹੀ ਵੀ ਸਾਡੇ ਸਦਰ ਹੀ ਸਾਡੇ ਸਦਰ ਬ੍ਰਿਟਿਸ਼ ਖਾਣਾ ਇੱਥੇ ਵੀ ਬ੍ਰਿਟਿਸ਼ ਹੋ ਸੀ ਬਣਸੀ ਲੱਸੀ ਥੀ ਨਾ ਬਾਕੀ ਬ੍ਰਿਟਿਸ਼ ਬਣਸੀ ਨਾ ਮੌਸਮ ਉਸ ਵਾਲੇ ਨਾਲ ਨਹੀਂ ਸ਼ੂਟਿੰਗ ਕੀਤੀ ਜਾ ਲੇਕਿਨ ਮੌਸਮ ਕੀ ਪਰਫੈਕਟ ਬਣ ਵਾਸਤੇ ਬਹੁਤ ਸੁਣਾ ਜੀ ਮਣੀਓ ਪੈਣਾ ਤਾਂ ਮਾੜੇ ਭਰਾਓ ਪਹਿਲਾ ਪਾਰਟ ਉਸ ਤੋਂ ਬਾਅਦ ਦੂਆ ਪਾਰਟ ਵੀ ਐਂਡ ਹੋਈ ਗਿਆ ਹੁਣ ਤ੍ਰੀਆ ਗੱਲ ਹੈ ਸੋ ਇਸ ਪਾਰਟ ਵਿੱਚ ਮੇਨ ਚੀਜ਼ ਜਿਹੜੀ ਅਸਾਂ ਕੀ ਪਤਾ ਲੱਗੀ ਤਾਂ ਤੁਸਾਂ ਕੀ ਵੀ ਕਿ ਪਾਪਾ ਅੰਦਰੀਸ ਅੰਗਰੇਜ਼ ਜੁਲਿਆ ਨਾ ਨਹੀਂ ਜੁਲਿਆ ਅੰਗਰੇਜ਼ ਬਲਕਿ
ਇਹ ਹਾਲਾ ਖਾਲੀ ਟ੍ਰੇਲਰ ਇਹ ਗੱਲ ਸੋ ਬਾਕੀ ਹੈ ਕਿ ਜਿਹੜਾ ਵੀ ਕੈਮਰਾਮੈਨ ਸੀ ਉਸ ਲੁੱਕ ਬਹੁਤ ਜ਼ਬਰਦਸਤ ਦਿੱਤੀ ਹੈ ਉਸਨੇ ਤਾਂ ਵਾਕਈ ਹੀ ਲਗਣਾ ਸੀ ਕਿ ਅੰਗਰੇਜ਼ ਜੁਲੇ ਹਨ ਸੋ ਅਸਾਂ ਵੀ ਜਾਣੀ ਥੋੜ੍ਹਾ ਜਿਹਾ ਸਸਪੈਂਸ ਕ੍ਰੀਏਟ ਕਰ ਰਹੇ ਨੇ ਮਾਰਿਆ ਥੰਬਨੇਲ ਅਪਰੂਵ ਹੈ ਲਿਆ ਸਵਾਲੀਆਂ ਤੌਰ ਪਰ ਤਾਂ ਕਿ ਤੁਸੀਂ ਕੀ ਪਤਾ ਲਗਾ ਕਿ ਕਿਆ ਵਾਕਈ ਇੰਗਲੈਂਡ ਤਾਂ ਨਹੀਂ ਆ ਗਏ ਸੀ ਸੋ ਇਹ ਕਿ ਇਹ ਜੀ ਕੋਈ ਗੱਲ ਨਹੀਂ ਹੈ ਅਜੇ ਟਿਕਟ ਸ਼ਿਕਟ ਉਹਨਾਂ ਕਰਾਈ ਕਹਿੰਦੇ ਬਾਕੀ ਡੇਟ ਇਨਸ਼ਾਅੱਲਾ ਅੱਛੇ ਨਾਲ ਜਿਨ੍ਹਾਂ ਕੋਈ ਪਤਾ ਲੱਗ ਜਾ ਸੀ ਇੱਕ ਉਦੋਂ ਜਾ ਸਨ ਤਾਂ ਬਾਕੀ ਵਾਲੀ ਵੀਡੀਓ ਹੁਣ ਕਰਾਂ ਐਂਡ ਕਿਉਂਕਿ ਲੰਬੀ ਹੋਣੀ ਪਈ ਤਾਂ ਨਾਲ ਇਹ ਆ ਕਿ ਅਗਲੀ ਵੀਡੀਓ ਜਿਹੜੀ ਆ ਉਹ ਬਹੁਤ ਇੰਟਰਸਟਿੰਗ ਹੋ ਸੀ ਉਸਨੇ ਅੱਜ ਬਹੁਤ ਬੜਾ ਸਰਪ੍ਰਾਈਜ਼ ਆ ਬਹੁਤ ਹੀ ਬੜਾ ਉਸਨੇ ਸਪੈਸ਼ਲੀ ਇੱਕ ਸੀਨ ਹੈ ਇਹ ਗੱਲ ਹੈ ਜਿਹੜਾ ਵਾਕਈ ਪਤਾ ਲੱਗ ਰਿਹਾ ਹੈ ਬਿਲਕੁਲ ਇਹ ਚੀਜ਼ ਹੈ ਸੋ ਇਹ ਆ ਕਿ ਉਹ ਬਿਲਕੁਲ ਸਮਝਦਾ ਵੀ ਨਵੀਂ ਚੀਜ਼ ਹੀ ਤੂੰ ਸਮਝਦਾ ਹੈ ਨਵੀਂ ਚੀਜ਼ ਹੀ ਸੋ ਉਹ ਵਾਲਾ ਪਾਰਟ ਤੋਂ ਬਿਲਕੁਲ ਮਿਸ ਨਹੀਂ ਕਰਨਾ ਅਗਲੀ ਵੀਡੀਓ ਲਾਜ਼ਮੀ ਤੁਸੀਂ ਤੱਕਣੀ ਹੈ ਇਹ ਲਈ ਐਂਡ ਕਰਨੇ ਆ ਸ਼ੂਟਿੰਗ ਕਿਉਂਕਿ ਜਾ ਰਹੀ ਹੈ ਤਾਂ ਇੱਕ ਖਾਣਾ ਲੱਟ ਸੀਨ ਵੀ ਜਾ ਰਿਹਾ ਹੈ ਬਿਲਕੁਲ ਖਾਣਾ ਹਾਂ ਉਸ ਗਾਣੇ ਨੇ ਮਾਰਿਆ ਨਹੀਂ ਵੈਸੇ ਅਸਾਂ ਨੇ ਪੇਟਾਂ ਨੇ ਮਾਰਿਆ ਖਾਣੇ ਵਾਲਾ ਸੀਨ ਲੈਣਾ ਸੋ ਇਹ ਆ ਕਿ ਹੁਣ ਜੁਲੇ ਹਾਂ ਤਾਂ ਬਾਕੀ ਸੀਨ ਤੁਸੀਂ ਦੱਸਣੇ ਆ ਨੈਕਸਟ ਵੀਡੀਓ ਮਿਲਸਾਂ ਆ ਫੀ ਅਮਾਨ ਲਿਆ